इस पत्थर से उठे था जरा उठे था इधर है वो ही पत्थर स्वभाव का भी पत्थर इधर वो थमे वाले पत्थर नाल लगा पता लग गया आना भी यार गल सुन जाती तो आ टिको तब दे रही है वैसे गुरबाणी जी बिना गलामाता त्रहना ने श्री गुरु ग्रंथ साहब महाराज जी कई बार गलामाता करते हैं हूं थले पैर पैरों वाला पत्थर ऊंचे पैर पत्थर नो जेदे उत्ते लोग पैर रखते ने बाण बाण के गंदे बंदे गंदगी ना निकले उन तो पौधे पानी सारा गंद उदे ते ला के सुन के ने बड़ा दी थी खाना ही जा रहा तो कि यह है या की पुरा टिके खान के वाले हैं इनके छातों वाले हैं नहीं यार ऐसी खेल मान भी मैं मेनू देखो यार मेरे ते गंद पौधे ने ते ऐसे यार करके खोल के होंगे मेरे सामने दो कहानियां ने है दोनों मनो पर रूदी जाती एक लखन ते दूजी ताती जाती लखन राम जी के अपने छियाने हो अमेरिका इंडिया को भी कृपा ना करी बढ़िया लिखे ने दुनिया में रूदी जाती लखन वाह ताती जाती लखन नु रूदी जाती लखन पूछती है ठीक है सच पहले तो मेरी जाति में और मैं रूठी जाति है तो ताकि यानी मैं कली यानी डक्को डोले खानी है जिधर वो पानी का जी का जा रही है उधर जी करे चढ़ दे ना ये जी करे नहीं दे रहा मैं अपनी मस्ती ना एक इंच नहीं तोड़ सकती जब तू डाल ना ऐसे ने बने जाने करे पहले बने जाने हैं तेरे ते खोदे सवार रूना में पार लगा दे ये तेरे ते पत्थर सवार बने बेवकूफ सवार बने साजन सवार बने पापी सवार बने अपराधी सवार बने तू सारे को पार लगा ही नहीं है नाले का दिए तो भी शहर नाले का दिए तो भी शहर ये तो डाल का तेरा राजू पिता बने मैं भी जो ही तेरे वो मुकर इन्हों इस तरह समझ ਜਿਵੇਂ ਕੋਈ ਸਿੱਖ ਜਿਹੜਾ ਖੁਸ਼ੀ ਵੀ ਉਦਾਂ ਦਾ ਹੀ ਆਨੰਦ ਰਹਿੰਦਾ ਹੈ ਤੇ ਸਾਡੇ ਪੁੱਤਰ ਤੱਕੇ ਤੇ ਖਲੋਗੇ ਵੀ ਉਦਾਂ ਦਾ ਹੀ ਆਨੰਦ ਰਹਿੰਦਾ ਹੈ ਜਿਹੜਾ ਕੀ ਕਹਿ ਲਈਏ ਵੀ ਹਰਮੰਦਰ ਸਾਹਿਬ ਜੀ ਬੈਠਾ ਹੈ ਉੱਪਰ ਚਾਨਣੀ ਸੁਣਿਆਉਂਦਾ ਹੈ ਸਿਰ ਤੇ ਚੌਰ ਘੁੱਟਦੇ ਨੇ ਸੰਗ ਕਿਨਾਰੇ ਮੱਥਾ ਟੇਕਦੀ ਤਾਂ ਵੀ ਖੁਸ਼ ਹੈ ਤੇ ਤੱਤੀ ਕਵੀ ਦਾ ਵਾਦਾ ਹੋਇਆ ਆਸੂ ਨੇ ਉਤੋਂ ਸਿਰ ਤੇ ਚਾਨਣੀ ਜੁੜਦੀ ਬੁਲਾਇ ਸਤਿਗੁਰੂ ਤੱਕੀ ਰੇਤ ਪੈ ਰਹੀ ਹੈ ਉਹ ਜਿਵੇਂ ਇਹਨਾਂ ਦੇ ਦਿਆ ਮੇਰੇ ਵਰਗਾ ਸਤਿਗੁਰੂ ਜਿਹੜਾ ਹਰ ਰੇ ਹੋ ਕੇ ਖੇਡਣ ਵਾਲਾ ਸੁਖਾਂ ਵੀ ਹੋ ਕੇ ਮਿਲਦਾ ਸੁਖਾਂ ਵੀ ਹੋ ਕੇ ਤੁਸੀਂ ਆਪੋ ਵੀ ਇਹਦੇ ਨੀਆਂ ਸਦਾ ਪਦਰ ਕਰੋ ਜੁਹਾਂ ਕੇ ਹੋ ਕੇ ਕਿੰਨਾ ਆ ਲੜਕਾ ਕਹਿੰਦਾ ਜਿਹੜੇ ਵੀ ਨਵੇਂ ਨਵੇਂ ਹੋ ਗਏ ਮੈਂ ਕਿਹਾ ਕੀ ਹੋਇਆ रब ने कृपा करता जी ਮੇਰੇ ਤੇ ਇੱਕ ਦਿਨ ਨਿਗਾਹ ਪੈ ਗਈ ਵਾਹ ਕਿਤੇ ਰੱਖ ਰਿਹਾ ਕੋਈ ਤੇ ਕੋਸ਼ਿਸ਼ ਕਰਿਆ ਕਰੋ ਆਪਣੀ ਆਪ ਜਿੰਨੀ ਸੋਝੀ ਹੋਣੀ ਦੀ ਹਿੰਮਤ ਕਰਿਆ ਕਰੋ ਪਰ ਜੇ ਕੋਈ ਚੰਗਾ ਬੰਦਾ ਮਿਲੇ ਤਾਂ ਜਰਾ ਚਾਰ ਗੱਲਾਂ ਕਰ ਲਿਆ ਕਰੋ ਗੁਰਬਾਣੀ ਦਾ ਬੈਠਾ ਜੇ ਸੰਤ ਮਿਲੇ ਕੁਝ ਚੁਣੀਆਂ ਕਈਆਂ ਕੁਝ ਨਾ ਕੁਝ ਹੋਵੇ ਕੋਲੋਂ ਸੋਲੋ ਤੇ ਕੁਝ ਨਾ ਕੁਝ ਸਾਥੀ ਕੁਝ ਹੋਵੇ ਕੋ ਸੰਤ ਮਿਲੇ ਮੇਰੇ ਅਸੰਤ ਜੇ ਕੋਈ ਬੇਵਕੂਫ ਮਿਲ ਜਾਏ ਜੇ ਕੋਈ ਪਾਗਲ ਮਿਲ ਜਾਏ ਜੇ ਕੋਈ ਮਨਮਤੀਆ ਮਿਲ ਜਾਏ ਤਾਂ ਮੈਂ ਸੱਚੇ ਪਾਤਸ਼ਾਹ ਦੇ ਚੁੱਪ ਕਰ ਤੂੰ ਲੋਕ ਕਾਨਵਟੀ ਕਰ ਲਿਓ ਪੈਟਾ ਪਾਸ ਕਰ ਲਿਓ ਮੇਰੇ ਅਸੰਤ ਮਤ ਬਏ ਰਹੀਏ ਮਾਪਾ ਇੱਕ ਗੱਲ ਯਾਦ ਰੱਖਿਓ ਕਰਿਓ ਜਿਹੜੀ ਜ਼ਬਾਨ ਨਾਲ ਕਥਾ ਕਰਦੇ ਹੋ ਜਿਹੜੀ ਜ਼ਬਾਨ ਨਾਲ ਤੱਥੀਆਂ ਠੁੜੀਆਂ ਕਰਦੇ ਹੋ
ਜਿਹੜੀ ਜ਼ਬਾਨ ਨਾਲ ਨਿੰਦਿਆ ਚੁਗਲੀ ਕਰਦੇ ਹੋ, ਜਿਹੜੀ ਜ਼ਬਾਨ ਨਾਲ ਗੰਦੇ ਗੀਤ ਗਾਉਂਦੇ ਸੁਣਾਉਂਦੇ, ਜਿਹੜੀ ਜ਼ਬਾਨ ਨਾਲ ਇੱਕ ਦੂਜੇ ਨਾਲ ਈਰਖਾਲੀਆਂ ਗੱਲਾਂ ਕਰਦੇ ਹੋ, ਇਹ ਮਤ ਸੋਚਿਓ। ਬਾਬਾ ਨਾਨਕ ਜੀ ਦਾ ਆਮ ਵਚਨ ਜੇ ਲੇਖੇ ਬੋਲਣ ਬੋਲਣਾ ਇਹ ਹਰ ਗੱਲ ਦਾ ਲੇਖਾ ਲਿਆ ਜਾਣਾ। ਮਤ ਸੋਚਿਓ ਕਿ ਤੁਹਾਡੀਆਂ ਗੱਲਾਂ ਦਾ ਰੱਬ ਨੂੰ ਨਹੀਂ ਪਤਾ। ਮੈਨੂੰ ਜਿੰਨਾ ਵੀ ਕੀਤਾ ਹੈ, ਮੈਂ ਤੁਹਾਡੇ ਸਾਹਮਣੇ ਹਦੀਸ ਦੇ ਅੱਖਰ ਰੱਖਦੇ ਗੱਲ ਕਹੀ ਸੀ। ਕਵੀ ਪੁਰਖਾਂ ਦਾ ਜਦੋਂ ਅੱਲਾ ਪਾਕ ਨੇ ਰੋਜ਼ੇ ਕਿਆਮਤ ਵਾਲੇ ਦਿਨ ਰੂਹਾਂ ਉੱਠ ਖਲੋਤੀਆਂ, ਉੱਥੇ ਜਵਾਨ ਨੂੰ ਵੀ ਜਵਾਨ ਲੱਗ ਗਈ ਨੇ ਦਬਾ ਮੇਰੇ ਬੋਲ ਕੇ ਰੱਖਣਾ, ਇੰਨੀ ਵਾਰੀ ਨੇ ਝੂਠ ਬੋਲਿਆ, ਇੰਨੀ ਵਾਰੀ ਗਾਲਾਂ ਕੱਢੀਆਂ, ਇੰਨੀ ਵਾਰੀ ਆਪ ਤੋਂ ਸਿਆਣੇ ਦਾ ਨਿਰਾਦਰ ਕੀਤਾ, ਇੰਨੀ ਵਾਰੀ ਚੁਗਲੀ ਕੀਤੀ, ਇੰਨੀ ਵਾਰੀ ਈਰਖਾ ਦੀਆਂ ਗਾਲਾਂ ਕੱਢੀਆਂ ਨੇ, ਨਫ਼ਰਤ ਕੀਤੀ, ਸਮਾਜ ਵਿੱਚ ਨਫ਼ਰਤ ਪੈਦਾ ਕੀਤੀ। ਜਵਾਨ ਜਿਸ ਰਾਮ ਨੇ ਤੁਹਾਡੀਆਂ ਅੱਖਾਂ ਦੇ ਪਿੰਡ ਸੀ, ਬਹਿ ਕੇ ਵੇਖਣਾ, ਦੱਸੋ ਉਹਨੂੰ ਗਵਾਈ ਦੀ ਲੋੜ ਪੈ। ਜਿਵੇਂ ਰੱਬ ਨੇ ਤੁਹਾਡੀਆਂ ਹੱਥਾਂ 'ਚ ਤਾਕਤ ਬਣ ਕੇ ਕਰ ਕਰਨਾ ਹੈ, ਉਹਨੂੰ ਕੋਈ ਪੁੱਛਣਾ ਪੈਣਾ ਵੀ ਇਹਨੇ ਕਿਹਦੇ ਨਾਲ ਕਰਨ ਕੀਤਾ। ਤੁਸੀਂ ਇਹ ਕਹਿੰਦੇ ਫਸ ਜਾਂਦੇ ਜਦੋਂ ਆਉਂਦੇ ਵੀ ਸਾਡੇ ਜੀ ਤੇ ਰੱਬ ਹੈ ਨਾ, ਇਹ ਕੋਈ ਕਹਾਣੀ ਬਾਬਾ ਲਾਂਗੇ ਜੀ ਕਹਿ ਰਹੇ ਸਨ। ਕਹਿੰਦੇ ਕਾਂ ਕਦੀ ਵੇਲ ਵਧੀ
ਤੇ ਪਹਿਲੀਆਂ ਵੀ ਦੋ ਝਾਜਾਂ ਤੁਸੀਂ ਆਪੇ ਕੀ ਕਹਿਣਾ ਚਾਹੁੰਦੇ ਗੁਰੂ ਦੀ ਕਿਰਪਾ ਨਾਲ ਤੁਸੀਂ ਮੈਨੂੰ ਲੈ ਜਾਂਦੇ ਹੋ ਕਈ ਵਾਰੀ ਘਰਾਂ ਚ ਇੰਗਲੈਂਡ ਦੀ ਧਰਤੀ ਤੇ ਇੱਕ ਮੇਰਾ ਮਿੱਤਰ ਲੈ ਗਿਆ ਚੇਤਾ ਆ ਗਿਆ
अपने प्यो ने मुक्त करनी
ਤੇਰਾ ਨਾਮ ਉਹ ਸਾਫ ਕਰਦਾ ਸੀ ਤੈਨੂੰ ਇਹ ਨਹੀਂ ਪਤਾ ਵੀ ਗੰਦੀ ਰਿਸ਼ਤਾ ਕਿਹਨੂੰ ਕਹਿੰਦੇ ਨੇ ਤੇ ਪ੍ਰਸ਼ਾਦਾ ਕਿਹਨੂੰ ਆਖਦੇ ਨੇ ਮਿੱਤਰੋ ਆਪਣੇ ਗੁਰੂ ਨੂੰ ਨਾ ਭੁੱਲਿਓ ਕਿਉਂਕਿ ਜੇ ਆਪਣੇ ਗੁਰੂ ਨੂੰ ਭੁੱਲਦੇ ਤੇ ਉਹ ਅੱਗੇ ਵੀ ਤੁਹਾਨੂੰ ਹੋਵਾਂਗੇ ਜਿਨ੍ਹਾਂ ਨੂੰ ਸ਼ਾਇਦ ਨਾ ਲੋਕ ਸੁਣੀਏ ਤੇ ਨਾ ਸਾਡਾ ਪ੍ਰਲੋਕ ਹੀ ਸੁਣਿਆ ਬਣੇਗਾ ਇਸ ਕਰਕੇ ਕੀ ਹੈ ਜੇ ਮਾਤਮੇ ਤੁਹਾਨੂੰ ਯਾਦ ਪਾਉਂਦੀਆਂ ਦੇਖਦੀਆਂ ਨੇ ਨਾ ਤੇ ਆਪਣੇ ਬੱਚਿਆਂ ਨੂੰ ਆਖਿਆ ਕਰੋ ਮੈਨੂੰ ਇੱਕ ਬੰਦਾ ਦੇਖਦੇ ਆ ਜਿਹੜਾ ਜੇ ਨਹੀਂ ਭੁੱਲਦਾ ਆਂਦਾ ਮੈਂ ਆਪਣੇ ਕਰੀਦਾ ਨਹੀਂ ਲੈ ਤੁਸੀਂ ਸੱਚ ਨਹੀਂ ਮੰਨਣਾ ਮੈਂ ਇੱਕ ਦਿਨ ਅੱਗੇ ਵੀ ਕਿਹਾ ਸੀ ਜਿਸ ਦਿਨ ਮੈਂ ਉਹਦੇ ਘਰ ਪੈਰ ਰੱਖਿਆ ਸੀ ਕਈਆਂ ਗੁਰਦੁਆਰਿਆਂ 'ਚ ਪੈਰ ਰੱਖਿਆ ਉਹਨੀ ਸ਼ਾਂਤੀ ਨਹੀਂ ਮਿਲਦੀ ਜਿੰਨੀ ਉਸ ਗੁਰੂ ਕੇ ਸਿੱਖ ਦੇ ਘਰ ਰੱਖਿਆ ਮੈਨੂੰ ਪੈਰ ਸ਼ਾਂਤੀ ਮਿਲੀ ਤੇ ਮੈਂ ਕਿਹਾ ਸੁਣਾ ਯਾਰ ਕੀ ਕਰਦੇ ਆਪਣੀ ਜਬਾਨ ਤੋਂ ਕਿਸੇ ਨੂੰ ਮਾੜਾ ਰੱਖੇਗਾ ਉਹ ਇੰਨਾ ਡਰ ਨਾ ਜਿਹੜਾ ਗੁਰਮਤ ਤੋਂ ਗਿਰਾ ਕੋ ਕੰਮ ਕਰੇਗਾ ਉਹਨੂੰ ਇੰਨਾ ਡਰ ਨਾ ਆਂਦਾ ਆਹ ਤੁਹਾਡੇ ਸਾਹਮਣੇ ਪੁੱਤ ਹੈ ਨਾ ਇਹਨੂੰ ਮੈਂ ਆਖਾਂ ਤੁਹਾਡੇ ਜਿੰਨਾ ਪੈਸਾ ਕਨੇਡਾ ਚ ਖਰਚ ਹੁੰਦਾ ਨਾ ਵਿਆਹ ਤੇ ਆਪਾਂ ਇੰਨਾ ਹੀ ਖਰਚ ਕਰਨਾ ਤੇਰੇ ਵਿਆਹ ਤੇ ਪਰ ਕਰਨਾ ਹੀ ਜਾ ਕੇ ਆਂਦਾ ਮੈਂ ਜੋ ਆ ਕੇ ਆਂਦਾ ਪਾਪਾ ਤੋਂ ਖੇਤੀ ਕਰਾਂਗੇ ਉਹਦੇ ਪੈਸੇ ਬੜੇ ਬਣ ਜਾਣੇ ਆਂਦਾ ਮੈਂ ਕਿਹਾ ਕੋਈ ਨੀ ਬੜੇ ਬਣ ਜਾਣੇ ਤੇ ਖੱਜਰਵਾ ਕੇ ਬੜੇ ਤਾਂ ਵਿਆਹ ਸਾਡਾ ਕਰਨਾ ਹੈ ਗੁਰਬਾਣੀ ਪੜ੍ਹੀ ਜਾਏਗੀ ਗੁਰਬਾਣੀ ਖਾਈ ਜਾਏਗੀ ਦੋਵੇਂ ਪਰਿਵਾਰ ਬਹਿ ਕੇ ਫੈਸਲਾ ਕਰਾਂਗੇ ਇੱਕੇ ਥਾਂ ਤੇ ਇਕੱਠੇ ਹੋਵਾਂਗੇ ਜਿਹੜਾ ਵੀ ਕੋਈ ਨੇੜੇ ਗੁਰਦੁਆਰਾ ਹੋਇਆ ਉੱਥੇ ਵਿਆਹ ਕਰ ਲਾਂਗੇ ਕਿਉਂ 1.5 ਲੱਖ ਜਾਂ 4 ਲੱਖ ਜਾਂ 2.5 ਲੱਖ ਜਾਂ 5.5 ਲੱਖ ਹਾਲ ਦਾ ਦੇਣਾ ਉਹ ਵਜਾਵਾਂਗੇ ਕੋਈ ਹੋਰ ਨਹੀਂ ਕੀਤਾ
आई फिर शीत शीत होने करके उमड़ का भेद परेशानियां नहीं कह रहे चौधरी खुश गई
काटी गरीबी आ गई। करीबन करीब कुछ समय बाद गुरु पाठक का भेजा हुआ एक सिख पहुंच गया। क्या मुंडा करताया गुरु के सिख ने दरवाजा खोलिया। हां भाई आखिर का मैं अमृतसर साहब तो आया मैंने गुरु अर्जन देव पाठक जी ने तेरे को भेजिया। जिन्होंने आका भी गुरु अर्जन देव जी ने भेजिया मेरे शहर सच पुछो चुक गया। कल गुरु अर्जन देव पाठक जी महाराज ਮੈਨੂੰ ਉਹਨਾਂ ਚੇਤੇ ਰੱਖਿਆ। ਉਹਨਾਂ ਕੋਲ ਅਨੇਕਾਂ ਸਿੱਖ ਅਨੇਕਾਂ ਸੇਵਾਦਾਰ ਲੱਖਾਂ ਸੰਗਤ ਰੋਜ਼ ਆਉਂਦੀ ਹੈ ਮੈਨੂੰ ਚੇਤੇ ਰੱਖਿਆ। ਮੇਰੇ ਵੱਲ ਉਹਨਾਂ ਦਾ ਧਿਆਨ ਆਇਆ ਮੇਰੇ ਵੱਲ ਸਲਾਹ ਕਰਾਇਆ ਆਏ ਵਾਰ ਗਿਆ ਸਿੱਖ ਹੈਰਾਨ ਹੋ ਗਿਆ। ਆਪਣਾ ਬੰਦਾ ਕੀ ਅੱਲਾ ਤੋਂ ਕਰਮਾ ਵਾਲਾ ਮੈਂ ਇੱਕ ਵਾਰੀ ਤੇਰੇ ਗੁਰੂ ਨੂੰ ਟੱਕਿਆ ਤੇ ਤੂੰ ਮੇਰੇ ਗੁਰੂ ਨੂੰ ਅੱਜ ਟੱਕਦੇ ਆਇਆ। ਤੁਸੀਂ ਆਪਣੇ ਆਪ ਨੂੰ ਇਹ ਨਾ ਸਮਝੋ ਕਿ ਅੱਜ ਐਤਵਾਰ ਗਿਆ ਟਾਈਮ ਬਰਬਾਦ ਕਰਕੇ ਆ ਗਏ। ਤੁਸੀਂ ਆਪਣੇ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਧੰਨ ਪਾਕ ਗੁਰੂ ਪਾਕ ਨੇ ਤੁਸਾਂ ਕਿਰਪਾ ਕੀਤੀ ਆਪਣੇ ਕੋਲ ਸੱਦ ਲਿਆ ਸਾਡੇ ਕੰਨਾਂ ਚ ਹੇ ਬਾਬਾ ਨਾਮ ਦੇ ਵੀ ਤੁਹਾਡੇ ਸ਼ਬਦ ਪੈ ਸਾਡੇ ਕੰਨਾਂ ਚ ਗੁਰਬਾਣੀ ਪਈ ਸਾਡਾ ਮੱਥਾ ਲੋਕ ਸੁਖੀਆਂ ਤੇ ਪ੍ਰਲੋਕ ਸੁਖੇਲਾ ਬਣਾਉਣ ਵਾਲੇ ਗੁਰੂ ਦੇ ਚਰਨਾਂ ਚ ਝੁਕ ਗਿਆ। ਸਾਡੀਆਂ ਅੱਖਾਂ ਨੇ ਗੁਰੂ ਦੇ ਦਰਸ਼ਨ ਕੀਤੇ ਸਾਡੇ ਕੰਨਾਂ ਨੇ ਗੁਰੂ ਦੀ ਬਾਣੀ ਪੜ੍ਹੀ ਤੇ ਜੇ ਕਿਤੇ ਤੁਹਾਨੂੰ ਸੇਵਾ ਦਾ ਮੌਕਾ ਮਿਲੇ ਤਾਂ ਕਹਿ ਰਹੇ ਸੇਵਾ ਕਰਨ ਤੋਂ ਗਏ ਨਾ ਕੋਈ ਇੱਕ ਤੇ ਸਾਡੇ ਤੁਹਾਡੇ ਕੋਲ ਪੁੱਛ ਗਈ ਨਹੀਂ ਉਹ ਮੈਂ ਕਹਿ ਵੀ ਦੇਵਾਂਗਾ ਤੇ ਵਾਪਸ ਨਹੀਂ ਆਉਂਦੀ ਕੀ ਭਾਂਡੇ ਮਾਂਜਣ ਦੀ ਸੇਵਾ ਖਾਲੀਆਂ ਐਟੋਮੈਟਿਕ ਬਣੀਆਂ ਨੇ ਖਾਲੀਆਂ ਸੁੱਟ ਗਏ ਨੇ ਕਿਹੜੀ ਗੱਲ ਹੈ। ਪਰ ਜਿਹੜੇ ਹੱਥ ਸੇਵਾ ਨਾਲ ਸਫਲ ਹੋਣੇ ਸੀ ਉਹ ਹੱਥ ਸਫਲ ਹੋ ਰਹੇ ਨੇ। ਇਹ ਅਮੀਰੀ ਨੇ ਸਾਡੇ ਕੋਲ ਖੋਲ ਆਟਾ ਗੁੰਨਣ ਵਾਲੇ ਹੱਥ ਸਾਡੇ ਕੋਲ ਰਹਿ ਗਏ ਤੇ ਜਿਹਨਾਂ ਨੂੰ ਸੰਸਾਰ ਪੁਰਿਆ ਕਹਿੰਦਾ ਕਿਸੇ ਨੂੰ ਫੁਲਕੇ ਪਕਾਉਣ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਬਹੁਤ ਜ਼ਿਆਦਾ ਮੁਸੀਬਤ ਆ ਗਈਆਂ ਹਰਮੰਦਰ ਸਾਹਿਬ ਵੀ ਆ ਗਈਆਂ। ਮੈਂ ਕਿਹਾ ਫਿਰ ਆਪਾਂ ਵਿਹਲੇ ਬਹਿ ਬਹਿ ਕੇ ਛੱਡਿਆ ਕਰਾਂਗੇ ਤੇ ਮੈਨੂੰ ਤੇ ਸ਼ੁਕਰ ਹੋ ਗਈ ਤਾਂ ਸਾਰਿਆਂ ਨੂੰ ਹੋ ਜਾਣੀ। ਲੋਕਾਂ ਦਾ ਕੱਖ ਨਹੀਂ ਖਾਣਾ ਚੰਗਾ ਤੇ ਫਿਰ ਕੁਝ ਨਾ ਕੁਝ ਹੋਣਾ ਨਾ ਜੀ। ਹਾਂ ਜੇ ਉਸ ਸੇਵਾ ਨਾਲ ਹੋਰ ਕੋਈ ਸੇਵਾ ਲੱਭ ਗਈ ਹੈ ਤੇ ਬੜੀਆਂ ਲੱਭ ਗਈ ਬਹੁਤ ਬੜੀਆਂ ਗਈਆਂ ਜਿਨ੍ਹਾਂ ਨੇ ਲੱਭੜੀਆਂ ਮੈਂ ਆਪ ਨਹੀਂ ਕਹਿਣਾ ਚਾਹੁੰਦਾ। ਉਹ ਭਗਤ ਪੂਰਨ ਸਿੰਘ ਨਾਮ ਛੱਡ ਕੇ ਤੁਰੇ ਜਾਂਦੇ ਕਿ ਕਰੀ ਜਾਂਦੇ ਉਹ ਨਹੀਂ ਖਾਂਦੇ ਨੇ ਉਹ ਨਹੀਂ ਚਿੰਤਾ ਦੇ ਉਹ ਨਾ ਜਾਤ ਪੁੱਛਦੇ ਨੇ ਨਾ ਬਰਾਦਰੀ ਪੁੱਛਦੇ ਨੇ ਨਾ ਭਾਈਚਾਰਾ ਪੁੱਛਦੇ ਨੇ ਨਾ ਖਾਨਦਾਨ ਪੁੱਛਦੇ ਨੇ। ਮਿੱਟੀ ਤੁਹਾਡਾ ਮੰਗ ਇੱਕ ਕਾਏ ਰੰਗ ਦਾ ਬੱਚਾ ਜਿਹੜੀਆਂ ਜਵਾਨੂ ਮਾਂ ਦੇ ਜਿਸਮ ਦੀਆਂ ਲੱਤਾਂ ਜੂੜੀਆਂ ਖੁੱਲੀਆਂ ਹੀ ਨਹੀਂ ਜਿਹਨੂੰ ਰੱਬ ਨੇ ਘਰ ਕੇ ਦਿੱਤਾ ਰੋਟੀ ਜੇ ਤੁਸੀਂ ਅੰਮ੍ਰਿਤਸਰ ਕਹਿ ਰਹੇ ਹੋ ਤਾਂ ਤਹਿਸੀਲ ਦਾ ਪੁੱਛ ਕੇ ਉੱਥੋਂ ਕਿਸੇ ਨੂੰ ਪੁੱਛਿਆ ਵੀ ਮੈਂ ਵਿਖੇ ਤੋਂ ਜਾਣਾ ਚੌਂਕ ਪਿੰਡ ਨੂੰ ਇੱਕ ਰੇਲ ਆਈ ਸੀ ਉਸ ਰੇਲ ਦਾ ਕੋਲ ਆਏਗਾ ਉਹਦੇ ਥਲੇ ਉਹਦੀ ਮਾਂ ਛੱਡ ਗਈ ਕਿਉਂ ਸਾਂਭ ਨਹੀਂ ਸਕਦੀ ਲਾਵਾਂ ਚੁੱਕ ਕੇ ਭਗਤ ਪੂਰਨ ਸਿੰਘ ਜੀ ਲੈ ਰਹੇ ਉਹਨੂੰ ਪਾਲਦੇ ਰਹਿ ਪਿਆਰ ਕਰਦੇ ਰਹਿ ਇੱਕ ਟਾਈਮ ਐਸਾ ਆਇਆ ਉਥੇ ਆ ਕੇ ਵੇਖ ਹੋ ਗਿਆ ਨਰੈਣ ਸਿੰਘ ਨੂੰ ਆਖਣ ਲੱਗੇ ਨਰੈਣ ਸਿੰਘ ਇੱਕ ਆਹ ਜਿਸਮ ਹੈ ਜਿਹੜੇ ਜਿਸਮ ਨੂੰ ਕੋਈ ਛੁੱਟੀ ਨਹੀਂ ਕੋਈ ਛੋਟੀ ਨਹੀਂ ਨਾ ਆਸ਼ਿਰ ਹੋ ਸਕਦਾ ਨਾ ਪਾਸਿਰ ਹੋ ਸਕਦਾ ਨਾ ਸਿੱਧਾ ਹੋ ਸਕਦਾ ਨਾ ਪੁੱਤਰਾ ਹੋ ਸਕਦਾ ਨਾ ਇਹ ਮੰਗ ਸਕਦਾ ਇਹਦੇ ਕੋਲ ਕੱਖ ਨਹੀਂ ਹੈ ਸਿਰਫ ਇਹਦੇ ਸਰੀਰ ਦੀ ਹਰਕਤ ਵਿੱਚ ਰੱਬ ਧੜਕਦਾ ਹੈ ਦਿਲ ਧੜਕਦਾ ਹੈ ਸਾਹ ਚੱਲਦੇ ਨੇ ਇਹਦਾ ਖਿਆਲ ਰੱਖੀ
ਸਾਬਤੀ ਆਪਣੀ ਜ਼ਿੰਦਗੀ ਦੀ ਕਹਾਣੀ ਚ ਦੇਖਦੇ ਨੇ ਆਦੇ ਕੁਦਰਤੀ ਖੇਡ ਰਾਤ ਨੂੰ ਪੂਰਾ ਹੋ ਜਾਏਗਾ ਸਵੇਰੇ ਦੇਖਿਆ ਆਦੇ ਜਦੋਂ ਮੈਂ ਦੇਖਿਆ ਉਸ ਵੇਲੇ ਉਹਦੇ ਉੱਤੇ ਕੰਬਲ ਨਹੀਂ ਸੀ ਲੱਕੜੀਆਂ ਦੀ ਚਿਣਿਆ ਗਿਆ ਪੈਰਾਂ ਵੱਲ ਖਲੋ ਕੇ ਭਗਤ ਜੀ ਨੇ ਅਰਦਾਸ ਕੀਤੀ ਪੈਰਾਂ ਵੱਲ ਖਲੋ ਕੇ ਤਿਆਰੀ ਹੋ ਅਸੀਂ ਉਸ ਭਗਤ ਨੂੰ ਸਮਝਾਂਗੇ ਅਸੀਂ ਉਸ ਭਗਤ ਨੂੰ ਸੱਚ ਪੁੱਛੋ ਪਾਰਟੀ ਬਾਜੀ ਦੇ ਨਾਂ ਦੇ ਧੱਕੇ ਮਾਰੇ ਅਸੀਂ ਉਸ ਭਗਤ ਨੂੰ ਸੱਚ ਪੁੱਛੋ ਮੈਂ ਇਹਨਾਂ ਅੱਖਾਂ ਨਾਲ ਵੇਖ ਲਿਆ ਨਾ ਕੀ ਕਰਾਂ ਦਰਬਾਰ ਸਾਹਿਬ ਘੰਟਾ ਘਰ ਵਿੱਚ ਦਸਵੀਂ ਵੱਲੋਂ ਇੱਕ ਪਾਸੇ ਨੂੰ ਡਾਂਗਣਾ ਲੈ ਕੇ ਸੇਵਾਦਾਰ ਆ ਰਹੇ ਸਮਝੋ ਅੱਗੇ ਅੱਗੇ ਵਿਚਾਰਾ ਭੱਜ ਰਿਹਾ ਸੀ ਤੈਨੂੰ ਇੱਥੇ ਬਹਿਣ ਨਹੀਂ ਦੇਣਾ ਤੂੰ ਲੋਕਾਂ ਕੋਲੋਂ ਪੈਸੇ ਮੰਗਦਾ ਮੰਗਦਾ ਕੋਈ ਹੱਕ ਨਹੀਂ ਪਰ ਮੰਗਦਾ ਕਾਹਦੇ ਵਾਸਤੇ ਹੈ ਜੀ ਗਰੀਬਾਂ ਵਾਸਤੇ ਲਾਚਾਰਾਂ ਵਾਸਤੇ ਜਿਹਨਾਂ ਦਾ ਕੋਈ ਵਾਰਸ ਨਹੀਂ ਜਿਹਨਾਂ ਕੋਲ ਆਪਣਾ ਹੈ ਹੀ ਕੋਈ ਨਹੀਂ ਜਿਹਨਾਂ ਨੂੰ ਆਪਣੇ ਨੇ ਵੀ ਛੱਡ ਦਿੱਤਾ ਹੈ ਪੈਰਾਂ ਵੱਲ ਖੜੋ ਕੇ ਤੇ ਅਰਦਾਸ ਦੇ ਅੱਖਰ ਜੋ ਮੈਂ ਪੜ੍ਹੇ ਤੁਸੀਂ ਆਏ ਇਸ ਰੂਪ ਚ ਮੈਂ ਤੁਹਾਡੀ ਚੰਗੀ ਤਰ੍ਹਾਂ ਸਾਂਭ ਨਹੀਂ ਕਰ ਸਕਿਆ ਮੇਰਾ ਆਪਣੇ ਸ਼ਹਿਰ ਮੈਂ ਕੁਝ ਕਰਵਾ ਦਿੱਤਾ ਹੋਵੇ ਤੁਹਾਡੀ ਸੇਵਾ ਮੈਂ ਆਪਣੀ ਜੀ ਜਾਨ ਕਰਕੇ ਕਰਦਾ ਰਿਹਾ ਪਰ ਜੇ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਤੇ ਮੇਰੀ ਗੁਸਤਾਖੀ ਇੱਕ ਨਵਾਂ ਸਮਝੋ ਰੱਬ ਵੇਖਣਾ ਰੱਬ ਸੇਵਾ ਕਰਨੀ ਹੋਰ ਪੱਕ ਜੇ ਸੇਵਨ ਕਰਨਾ ਇੱਕ ਹੋਰ ਪੱਕ ਜੇ ਪਰ ਜਿਉਂਦੇ ਜਾਗਦੇ ਨਵਾਸਾਂ ਜੋ ਰੱਬ ਵੇਖਣਾ ਕਿ ਉਹਨਾਂ ਦੇ ਰੱਬ ਦੇ ਪੈਰਾਂ ਵੱਲ ਖੜੋ ਕੇ ਪੂਜਾ ਕਰਨੀ ਇਹ ਕੋਈ ਭਗਤੀ ਕੋ ਜਾ ਸਕੇ ਕਿਤੇ ਜਾਓਗੇ ਉਹਦੇ ਟਿਕਾਣੇ ਤੋਂ ਹੋਵੇ ਤੁਹਾਡੀ ਸ਼ਰਧਾ ਮਿਲੀ ਹੋਏਗੀ ਮੈਂ ਤੇ ਕਈ ਵਾਰੀ ਅੱਖਾਂ ਕਰਦਾ ਜਿਹੜੇ ਕਿਤੇ ਤੁਹਾਡੇ ਪਾਸੇ ਪੁਰਾਣੇ ਲਾਇਕ ਆਪਣੇ ਨੇ ਨਾ ਉਹ ਵੀ ਕਿਤੇ ਤੈਜੀ ਭਰ ਕੇ ਲੈ ਲਿਓ ਉੱਥੇ ਕਈਆਂ ਦੇ ਕੰਮ ਆ ਜਾਣ ਆਪਣਾ ਵਾਰ ਹੀ ਦੇ ਲਿਓ ਤੁਸੀਂ ਸ਼ਹਿਨਸ਼ਾਹ ਦੇ ਪੋਤੇ ਹੋ ਆਪਣੀ ਕਮਾਈ ਤੋਂ ਥੋੜ੍ਹੀ ਬਹੁਤੀ ਉਹਨਾਂ ਨੂੰ ਰਕਮ ਭੇਜ ਦਿਆ ਕਰੋ ਪਰ ਕਿਤੇ ਵੀ ਇਹ ਕੁਛ ਸਾਡੇ ਕੋਲ ਹੁੰਦਾ ਅਸੀਂ ਆਪਣੇ ਧੀਆਂ ਪੁੱਤਾਂ ਦੇ ਵਿਆਹਾਂ ਤੇ ਸਭ ਕੁਛ ਕਰਦੇ ਹਾਂ ਪਰ ਕੌਣ ਇਹਦਾ ਵਿਆਹ ਵੇਲੇ ਸੱਚ ਪੁੱਛੋ ਕਿਤੇ ਯਾਦ ਕਰ ਲਈ ਅੱਗੇ ਜੇ ਮੈਂ ਆਪਣੇ ਪੁੱਤੇ ਵਿਆਹ ਤੇ ਇੰਨਾ ਖਰਚ ਕਰ ਲੈਂ ਤੇ ਮੈਂ ਕੋਈ 2000 ਜਾਂ 4000 ਐਸੇ ਧਰਮ ਦੇ ਕੰਮ ਵਾਸਤੇ ਵੀ ਕੱਢਾਂ ਇਹ ਤਾਂ ਕਹਿ ਰਹੇ ਤੁਸੀਂ ਗੁਰਮਤ ਸਿੱਖਣੀ ਆਏ ਹੋ ਗੁਰਮਤ ਸਿੱਖਣ ਗੁਰਮਤ ਕਰਨੀ ਦਾ ਨਾਂ ਨਹੀਂ ਹੈ ਗੁਰਮਤ ਕਰਨੀ ਦਾ ਨਾਂ ਹੈ ਗਰੀਬੀ ਆ ਗਈ ਲਾਚਾਰੀ ਆ ਗਈ ਸਿੱਖ ਨੂੰ ਆਲੇ ਦੁਆਲੇ ਫਿਰ ਕੇ ਹੱਥ ਉੱਠ ਕੇ ਦਾ ਸੁਣਾ ਵੀ ਮੇਰੇ ਗੁਰੂ ਨੇ ਤੈਨੂੰ ਮੇਰੇ ਵੱਲ ਭੇਜਿਆ ਕੀ ਸੀ ਦਿੱਤਾ ਆਹਦਾ ਪਿਤਾ ਇੱਕ ਕੋੜਾ ਕਾਗਜ਼ ਹੈ ਉਹਦੇ ਤੇ ਚਾਰ ਲੱਖ ਲਿਖੇ ਨੇ ਪਰ ਕੰਡੀਸ਼ਨ ਲਾਈ ਹੈ ਕਿ ਜਿੰਨਾ ਚਿਰ ਤੱਕ ਇੱਥੇ ਆਣ ਕੇ ਤਿਆਰ ਦੋਤਾਂ ਨਾਲ ਪੇਸ਼ ਕਰਦਾ ਹੈ ਕੋਈਆਂ ਦੇ 21 ਰੁਪਏ ਕੋਈਆਂ ਦੇ 30 ਰੁਪਏ ਕੋਈਆਂ ਦੇ 11 ਪਰ ਮੇਰੇ ਮਨ ਦੀ ਜ਼ਿਆਦਾ 11 ਦੀ ਮਾਨਤਾ ਆਈ ਕਿਉਂਕਿ ਉਸ ਜ਼ਮਾਨੇ 'ਚ ਰੁਪਇਆ ਲੱਭਦਾ ਕੋਈ ਨਹੀਂ 11 ਪਹਿਲਾਂ ਭੇਟਾ ਤੇ ਸਿੱਖ ਨੇ 28 ਰੁਪਏ ਰਾਤ ਨੂੰ ਪ੍ਰਸ਼ਾਦਾ ਵੀ ਪੱਕਾ ਮਿੱਤਰਾ ਕਰਕੇ ਕਾਜੀ ਤੇ ਕੋਈ ਵੀ ਨਹੀਂ ਰਿਹਾ ਅੱਜ ਪਤਾ ਲੱਗਾ ਇਸ ਧਰਮ ਦੇ ਕਾਰਜ ਵਾਸਤੇ ਕਿਤੇ ਮੈਂ ਪੈਸੇ ਲਿਜਾ ਕੇ ਰੱਖਦਾ ਉਹਦੇ ਰੱਖ ਲਈਗਾ ਰੋਪਿਆ ਤੇ ਜਿਹੜਾ ਘਰ ਇੱਕ ਅੱਧ ਅੰਗੀ ਗਿਆ ਗਿਆ ਸੀ ਗੁਰਮਤਰੇ ਦੀ ਇਹਨਾਂ ਦਾ ਕੋਈ ਮਿਹਰਬਾਨੀ ਦਿੱਤਾ ਗੁਰਮਤਰੇ ਰੱਬ ਦਾ ਅੰਗ ਸਮਝਿਆ ਕਰਵਾਈ ਤੇ ਜਿਸ ਵੇਲੇ ਪਤੀ ਪਰੇਸ਼ਾਨ ਵੇਖਿਆ ਤੇ ਚੰਗੀ ਧੀ ਕਿਸੇ ਮਾਂ ਬਾਪ ਦੀ ਸਿਕਾਈ ਹੱਥ ਜੋੜੇ ਪਤੀ ਦੇ ਮੇਰੇ ਹੁੰਦਿਆਂ ਤੁਸੀਂ ਪਰੇਸ਼ਾਨ ਹੋਵੋ ਕਾਹਦੀ ਜ਼ਿੰਦਗੀ ਇੱਕ ਮਿੰਟ ਰਾਵੀਆ ਜਿਹਦੀ ਮੈਂ ਕਹਾਣੀ ਕਹੀ ਸੀ ਸ਼ਾਇਦ ਤੁਸੀਂ ਉਸਦੇ ਇੰਟਰਨੈਟ ਤੇ ਸੁਣੀ ਹੋਵੇ ਰਾਵੀਆ ਦੀ ਇੱਕ ਮਿੱਤਰ ਹੋਵੇ ਤੇ ਦੂਸਰੇ ਮਿੱਤਰ ਨੂੰ ਫਿਕਰ ਕਾਹਦੀ ਹੈ ਜਦੋਂ ਇੱਕ ਮਿੱਤਰ ਯਾਦ ਨਾ ਹੋਵੇ ਉਹ ਦੂਸਰੇ ਮਿੱਤਰ ਦੇ ਸਮਾਨੀ ਚੋਰੀ ਥੋੜੀ ਹੋਣ ਦਿਆਗਾ ਕਿਉਂ ਇਹ ਉਹਨੂੰ ਕੋਈ ਗੱਲ
ਤੁਸੀਂ ਇਦਾਂ ਕਰੋ ਪਿੰਡ ਦੇ ਚੌਧਰੀ ਕੋਲ ਇੱਕ ਰੱਖਦਾ ਮੈਨੂੰ ਗਹਿਣੇ ਪਾਓ ਉਹਨੂੰ ਆਖੋ ਜਿੰਨਾ ਚਿਰ ਤੱਕ ਤੇਰੀ ਰਖਣਾ ਕਰਦੇ ਉਹਨੀ ਸੇਵਾ ਨਾ ਕਰਵਾ ਲੈ ਉਹਨੇ ਦਿਨ ਮੇਰੀ ਘਰਵਾਲੀ ਤੇਰੇ ਬਿਸਤਰੇ ਬਗੈਰ ਜਾਇਆ ਕਰੇਗੀ ਤੇਰੇ ਕੱਪੜੇ ਬਿਲਾ ਕਰੇਗੀ ਤੇਰੀ ਝਾੜੂ ਫੇਰਿਆ ਕਰੇਗੀ ਰੋਟੀ ਪਾਣੀ ਪਕਾਏਗੀ ਚੰਗੀ ਸੋਚ ਨੂੰ ਫੜ ਲੱਗਾ ਯਾਰ ਰੁਪਈਏ ਲਿਆ ਕੇ ਸਿੱਖ ਨੂੰ ਦਿੱਤੇ ਤੇ ਆਖਾ ਇਹ ਲਿਖੇ ਸਨ ਉਹਦੇ ਉੱਤੇ ਕਿ ਸਿੱਖਾ ਵੇਖੀ ਕਿਤੇ ਡੋਲੀ ਨਾ ਤੇ ਗੁਰੂ ਨਾਨਕ ਦੀ ਸਿੱਖੀ ਹੈ ਤੇ ਪ੍ਰਾਪਤ ਕਰਨੀ ਇੰਨੀ ਸੌਖੀ ਨਹੀਂ ਇੰਨੇ ਕੱਖਾਂ ਦਾ ਮੁੱਲ ਘਰ ਵਾਲੀ ਦੀ ਕਿਰਤ ਮਹੀਨੇ ਡੇਢ ਮਹੀਨੇ ਬਾਅਦ ਵੇਚ ਸਕਦੇ ਰਿਹਾ ਗਿਆ ਉਹਦੇ ਖੇਤਰੀ ਹੱਥ ਦੀ ਸੰਗਤ ਨੂੰ ਪਿੱਛਣਾ ਫਿਰ ਉਹ ਹੀ ਅਕਲ ਰੁਕਾ ਗਿਆ ਚਿਤ ਪਰੇਸ਼ਾਨ ਹੋ ਗਿਆ ਇਕਲੌਤੀ ਧੀ ਉਹਨੇ ਆਖਿਆ ਪਿਤਾ ਜੀ ਧੀ ਆਉਂਦੇ ਨੇ ਪਿਓ ਦੀ ਪੱਗ ਨੂੰ ਜੀ ਨੂੰ ਤੇ ਜੇ ਪਿਓ ਆਵੇ ਤੇ ਪੱਗ ਨੂੰ ਕੀ ਕਰਨਾ ਜਿੱਥੇ ਮਾਂ ਸੇਵਾ ਕਰਨੀ ਮੈਂ ਵੀ ਕਰਦਾ ਧੀ ਵੀ ਉੱਥੇ ਚਲੀ ਗਈ ਜਹਾਂ ਮੇਰੇ ਆਏ ਅਕਸਰ ਇਹ ਲਿਖੇ ਸਨ ਕਿ ਮੇਰਾ ਘਰ ਛੱਡ ਕੇ ਤੇ ਸਾਡੇ ਕੋਲ ਆਏ ਤੇਰੇ ਤੇ ਮੇਰੇ ਵਰਗਾ ਬੱਚਿਆਂ ਦਾ ਵੀ ਅੱਗੇ ਤੇਰੇ ਜੋਗਾ ਆਉਣ ਤੇਰੇ ਕੋਲ ਆਉਣ ਜੋਗਾ ਹੋਣਾ ਘਰ ਦੀ ਤੇਰਾ ਕੋਈ ਘਰ ਵਾਲੀ ਵੀ ਕਹਿਣੇ ਪੈ ਗਈ ਹੈ ਕੀ ਸੀ ਉਹ ਵੀ ਉੱਥੇ ਜੇਵਾਦਾਰ ਵੀ ਲੱਗਦੀ ਹੈ ਮੇਰੇ ਕੋਲ ਹੈ ਕੀ ਆ ਗਿਆ ਪਰਚਾ ਹੋਰ ਸ਼ੁਰੂ ਹੋ ਗਿਆ ਬੜੀ ਲੰਬੀ ਕਹਾਣੀ ਹੈ ਪਿਆਰਿਓ ਅਖੀਰ ਇੱਕ ਦਿਨ ਐਸਾ ਆਇਆ ਮਿਹਨਤ ਜ਼ਿਆਦਾ ਸੇਵਾ ਜ਼ਿਆਦਾ ਖੁਰਾਕ ਘੱਟ ਕੱਢ ਖੁਰਾਕ ਹੋਣ ਕਰਕੇ ਮੇਰੇ ਦੇ ਕਾਰਨ ਕੁਝ ਨਹੀਂ ਪਿਆ ਤੁਸੀਂ ਕਈ ਵਾਰੀ ਮੇਰੇ ਕੋਲ ਅੜ ਗਿਆ ਤੇ ਗੁਰੂ ਸਾਹਿਬ ਜੀ ਸੁਣਦਾ ਨਹੀਂ ਗੁਰੂ ਸਾਹਿਬ ਜੀ ਮੰਨਦਾ ਨਹੀਂ ਮੈਂ ਕਈ ਵਾਰੀ ਆਖਿਆ ਕਰਦਾ ਕਿ ਤੁਸੀਂ ਗੁਰੂ ਨੂੰ ਪਿਆਰ ਪਾ ਕੇ ਵੇਖਿਓ ਗੁਰੂ ਖੁਸ਼ੀਆਂ ਤੇ ਦੌੜ ਪੈਂਦਾ ਮੈਂ ਲਿਖ ਪੜ੍ਹੀ ਹੈ ਜਦੋਂ ਸਿੱਖ ਡਿੱਗਾ ਮੇਰੇ ਦਾਦਾ ਜੀ ਉਸ ਵੇਲੇ ਆਸਾ ਦੀ ਬਾਤ ਰੋਕ ਕੇ ਦੌੜੇ ਨੰਗੇ ਪੈਰੀ ਦੌੜੇ ਸਿੱਖਾਂ ਕਿਹਾ ਗੁਰੂ ਜੀ ਜੋੜਾ ਲੈ ਲਓ ਆਖਣ ਲੱਗੇ ਮਿੱਤਰੋ ਜੋੜੇ ਦੀ ਲੋੜ ਨਹੀਂ ਕਿਉਂ ਰੱਬ ਨਾ ਕਰੇ ਕਿਸੇ ਦੇ ਪੁੱਤ ਦਾ ਇਸਦੇ ਬਾਹਰ ਐਕਸੀਡੈਂਟ ਹੋਏ ਤੇ ਮੈਂ ਕਈ ਵਾਰੀ ਸੁਣਿਆ ਪੁੱਤ ਇੰਨੇ ਕੋਲੇ ਨਾਲ ਜਦੋਂ ਤੇਰਾ ਐਕਸੀਡੈਂਟ ਹੋਇਆ ਸੀਗਾ ਪੁੱਤਰਾ ਉਦੋਂ ਮੇਰੇ ਢਿੱਡ ਦਾ ਰੋਗ ਭਰਿਆ ਗਿਆ ਕਈ ਪੈਰ ਦੇਸ਼ਾ ਮਾਂ ਦੇ ਢਿੱਡ ਚ ਲੱਗੀ ਜੀ ਤੇ ਜੇ ਮਾਂ ਬੁੱਝ ਲਿਖਦੀ ਹੈ ਮਾਂ ਨੂੰ ਪਤਾ ਲੱਗ ਜਾਂਦਾ ਹੈ ਭੈਣ ਭਰਾਵਾਂ ਨੂੰ ਪਤਾ ਲੱਗ ਜਾਂਦਾ ਹੈ ਤੇ ਗੁਰੂ ਦੇ ਬੜੀ ਗਿਆਨੀ ਗਿਆਨ ਹੈ ਨਾ ਮੇਰੇ ਦਾਦਾ ਜੀ ਪਹੁੰਚ ਗਏ ਰਸਾ ਸੁਟਿਆ ਗਿਆ ਆਖਿਆ ਆ ਭਾਈ ਤੀਰਿਆ ਬਾਹਰ ਨਿਕਲਿਆ ਤੇ ਆਖਣ ਲੱਗਾ ਪਹਿਲਾਂ ਲੰਗਰ ਦੀਆਂ ਲੱਕੜਾਂ ਕੱਢ ਲਓ ਕਿਉਂ ਜੇ ਲੰਗਰ ਦੀਆਂ ਲੱਕੜਾਂ ਥੱਲੇ ਸੁੱਟ ਦਿੱਤੀਆਂ ਤੇ ਦਿੱਲੀਆਂ ਹੋ ਜਾਣਗੀਆਂ ਦਿੱਲੀਆਂ ਹੋ ਗਈਆਂ ਤੇ ਲੰਗਰ ਬਣੇਗਾ ਨਹੀਂ ਇਹ ਸਿੱਖੀਏ ਸਿੱਖੀ ਐਵੇਂ ਨਹੀਂ ਕੋਈ ਸੰਗਤ ਬਣਦਾ ਇਹਦੇ ਪਿਆਰੇ ਘੱਟ ਕੜੀਆਂ ਨਹੀਂ ਹੈ ਫਿਰ ਮੇਰੇ ਦਾਦਾ ਜੀ ਨੂੰ ਜਿਹੜਾ ਪੜ੍ਹਨੇ ਸਤਿਗੁਰੂ ਜੀ ਦੇ ਭੱਠਾ ਨੇ ਗੁਰਬਾਣੀ ਦਰਜਾ ਦਿੱਤਾ ਨਾ ਗੁਰੂ ਅਰਜਨ ਜੋਹਿਤ ਹੈ ਜਹਾਰ ਹੈ ਇਹਦੇ ਨਾਲ ਜਿਹੜਾ ਦਰਜੇਗਾ ਦਰਜੇਗਾ ਉਹ ਦਰਜਾ ਨੂੰ ਅਰਜਨ ਦੇਵ ਜੀ ਨੇ ਉਸ ਭਾਈ ਮੰਜ ਨੂੰ ਦਿੱਤਾ ਉਹਦਾ ਅਸਲੀ ਨਾਮ ਭਾਈ ਤੀਰਥ ਹੈ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਗੋਥਾ ਜਲ ਜਨ ਨਗਾਰਾ ਭਾਈ ਆਪਣੀ ਨਜ਼ਰ ਚੜਿਆ ਜਾ ਉੱਥੇ ਜਾ ਕੇ ਸੇਵਾ ਸਿਮਰਨ ਕਰ ਤੇਰੇ ਜੋੜ ਸਿੱਖੀ ਗਾਂ ਵਧੇਗੀ ਗੁਰੂ ਦੇ ਪਿਆਰ ਦੇ ਭਗਤ ਬਣਿਓ ਤੁਹਾਡੇ ਰਾਹੀਂ ਮੇਰੇ ਗੁਰੂ ਦਾ ਪ੍ਰਚਾਰ ਪ੍ਰਸਾਰ ਤੁਹਾਡੇ ਘਰਾਂ 'ਚ ਤੁਹਾਡੇ ਰਹਿਣ ਵਾਲੀਆਂ ਥਾਵਾਂ 'ਤੇ ਤੁਹਾਡੀ ਜ਼ਿੰਦਗੀ ਦੀ ਹਰ ਹਰਕਤ ਸਾਰ ਵਿੱਚ ਪਹੁੰਚੇਗਾ ਫਿਰ ਮੇਰੇ ਮਾਤਾ ਜੀ ਜ਼ਿਆਦਾ ਕਾਰ ਹੋ ਜਾਵੇਗੀ ਲੋਕ ਸੁਖੀਆ ਬਣ ਜਾਏਗਾ ਪ੍ਰਦੋਖ ਸਵੇਲਾ ਸਮਾਂ ਮੇਰੇ ਕੋਲ ਹੋਰ ਨਹੀਂ ਇਸ ਕਰਕੇ ਮੈਂ ਕਿੱਥੇ ਸਮਾਪਤੀ ਕਰ ਦੇਣਾਗਾ ਉਹਨਾਂ ਜਿੱਤਾਂ ਦੀ ਦੁਆ ਦੋ ਹਫ਼ਤੇ ਤੋਂ ਸਾਹ ਕਿਰਪਾ ਕੀਤੀ ਪ੍ਰਬੰਧਤਾ ਨੇ ਮੈਂ ਤੁਹਾਡਾ ਵੀ ਰਹਾਂਗਾ ਸਹੀ ਮਿਲਣ 'ਚ ਕਿਤੇ ਕਿਤੇ ਗੁਰਦੁਆਰੇ ਇੱਦਾਂ ਦੇ ਮਿਲਦੇ ਨੇ ਜਿੱਥੇ ਸੰਤਾਂ ਦਾ ਪਿਆਰ ਅਤੇ ਮਨ ਦਾ ਟਿਕਾਓ ਮਿਲਦਾ ਹੋਵੇ ਉਹ ਤੁਸੀਂ ਮੈਨੂੰ ਕਿਰਪਾ ਕਰਕੇ ਦਿੱਤਾ ਜਿਹੜੇ ਲਿਆਵਾਂਗਾ ਜ਼ਿੰਦਗੀ ਲਈ ਫਿਰ ਤੁਹਾਡੇ ਦਰਸ਼ਨ ਮੇਰੇ ਕਰਾਂਗਾ ਉਹਦਾ ਮੈਂ ਅਜੇ ਤਕਰੀਬਨ ਹਫ਼ਤਾ ਕਰ ਕਿਉਂਕਿ ਜਿੱਥੇ ਅੱਗੇ ਜਾਣਾ ਉੱਥੇ ਕੇਵਲ ਐਤਵਾਰ ਪ੍ਰੋਗਰਾਮ ਹੁੰਦਾ ਇਸ ਕਰਕੇ ਪੰਜ ਛੇ ਦਿਨ ਵਾਸਤੇ ਮੈਂ ਤੁਹਾਡੇ ਕੋਲੋਂ ਪ੍ਰਬੰਧਕਾਂ ਕੋਲੋਂ ਆਗਿਆ ਮੰਗਾਂਗਾ ਰਾਹ ਦਾ ਇੱਥੇ ਦਰਸ਼ਨ ਮੇਲੇ ਕਰਾਂਗਾ ਤੁਹਾਡੇ
ਕਾਫੀ ਜਿਵੇਂ ਗੁਰੂ ਨੂੰ ਪਾਏ ਸੇਵਾ ਤੁਸਾਂ ਬੜੀ ਕੀਤੀ ਮੈਂ ਇੱਕ ਦਾ ਨਾਂ ਲਵਾਂ ਇਹ ਸ਼ਹਿਰ ਦੇ ਕੋਲ ਸਮਾਂ ਨਾ ਹੋ ਗਿਆ ਪ੍ਰਬੰਧਕਾਂ ਨੇ ਜਾਣਕਾਰ ਵੀਰਾਂ ਨੇ ਖਾਸ ਕਰਕੇ ਸੁਧਰੇ ਬੜੇ ਵੀਰਾਂ ਨੇ ਜਿਹਨਾਂ ਦੋ ਸ਼ਾਮ ਦੇ ਵੇਲੇ ਕੋਈ ਮੇਰੇ ਨਾਲ ਸਾਂਝ ਬਣਾ ਲਈ ਸੀ ਕਈ ਜੀਵਨੀਆਂ ਉਹਨਾਂ ਮੇਰੇ ਵਾਸਤੇ ਮੈਨੂੰ ਜਵਾਨੀ ਜਵਾਨੀ ਕਹਿ ਦਿੱਤੀਆਂ ਅਤੇ ਮੈਂ ਇਹ ਕਹਾਂਗਾ ਆਪਣੇ ਗੁਰੂ ਅੱਗੇ ਅਰਦਾਸ ਕਰੋ ਵੀ ਮੇਰੀ ਹਿੰਮਤ ਵੀ ਲੈਣਾ ਜੀਵਨੀਆਂ ਸਾਹਮਣੇ ਬੜੀਆਂ ਔਖੀਆਂ ਰਾਵੀ ਸਿੰਘਾਂ ਦਾ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ ਇੱਕ ਨਾ ਮਜ਼ਾਕ ਨਾਲ ਕਹਿ ਰਿਹਾ ਕਰਦਾ ਜੇ ਦੇਖੋ ਮੈਂ ਹਿਰਦੇ ਤੋਂ ਬੋਲਣਾ ਭਾਈ ਤੁਹਾਡਾ ਤੇ ਦੂਜਿਆਂ ਦਾ ਛਕਾ ਕੇ ਭਰਾ ਵਾ ਅਤੇ ਮੇਰਾ ਖਾ ਕੇ ਭਰਾ ਵਾ ਕਿਸੇ ਚੰਗੇ ਪੁਰਖ ਦੇ ਹੱਥੋਂ ਮੈਂ ਛੱਡ ਲੈਣਾ ਉਹਦੇ ਕਰਕੇ ਮੇਰਾ ਪਾਲ ਉਤਾਰਾ ਹੋ ਜਾਣਾ ਗੁਰੂ ਕੇ ਵਜ਼ੀਰ ਸਾਹਿਬਾਨਾਂ ਨੇ ਵੀ ਬੜੀ ਸੇਵਾ ਕੀਤੀ ਸਾਰਿਆਂ ਦਾ ਧੰਨਵਾਦ ਅਤੇ ਜਿਹਨਾਂ ਵਿੱਚੋਂ ਸੱਚੀ ਗੱਲ ਹੈ ਕਦੀ ਤਰ ਪਾਤਸ਼ਾਹੀ ਨਜ਼ਰੇ ਆਉਂਦੇ ਨੇ ਉਹਨਾਂ ਦੀਆਂ ਰਹਿਮਤਾਂ ਸੁਨਹਿਰੇ ਮਵੇਸ਼ੀ ਨੂੰ ਬਹੁਤ ਘੱਟ ਮਿਲਦੇ ਨੇ ਮਹਾਰਾਜ ਨੇ ਬੜੀ ਸਾਬਤ ਸੁਣਤ ਸੋਹਣੀ ਰੂਹ ਭਰੀ ਹੈ ਉਹਨਾਂ ਦਾ ਵੀ ਜੀਵਨ ਆਹ ਮੇਰੀ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਕੋਈ ਮੈਂ ਕੁਝ ਕਹਿ ਨਹੀਂ ਸਕਦਾ ਜੋ ਕਿ ਖੰਭ ਦੇ ਉੱਤੇ ਚੁੱਤੇ ਕੋਈ ਬਾਤ ਨਾ ਹੁੰਦੀ ਤਾਂ ਗੁਰਸਾ ਗੁਰਸਾਹਿਬ ਕੀ ਹਮ ਆਪੇ ਇੱਕ ਵਾਰੀ ਫਿਰ ਆਪਣੀ ਨੂੰ ਬਤਾਈ ਗੁਰੂ ਵੱਲ ਵਧਿਓ ਉਹਨਾਂ ਦੀ ਪਾਣੀ ਮੁਆਫੀ ਮਾਇਆ ਵਾਸਤੇ ਮੈਂ ਰੋਜ਼ ਅਰਦਾਸ ਨਹੀਂ ਕੀਤੀ ਅੱਜ ਤੁਹਾਡੇ ਕੋਲ ਅਰਦਾਸ ਕਰਾਉਣੀ ਹੈ ਇਹ ਮਾਇਆ ਵਾਸਤੇ ਅਰਦਾਸ ਕਰਿਓ ਇਹ ਮਾਇਆ ਧਰਮ ਦੀ ਜ਼ਿੰਦਗੀ ਜਿਉਣ ਵਾਸਤੇ ਸਹਾਇਕ ਹੋਵੇ ਕਿਤੇ ਉਹਨੇ ਮਿੱਟੀ ਦੀ ਮੁੱਠ ਦਿੱਤੀ ਅਨੁਭਵੀ ਪੁਰਖ ਸੀ ਜਿਸ ਵੇਲੇ ਹੱਥ ਧੋਤੇ ਤੇ ਉਹ ਹੱਥ ਨੇੜੇ ਲਿਆ ਉਹਦੇ ਖੁਸ਼ਬੋ ਆਈ ਤੇ ਮਿੱਟੀ ਨੂੰ ਸਵਾਲ ਕੀਤੇ ਆਂਦਾ ਤੇਰੇ ਤੋਂ ਖੁਸ਼ਬੋ ਕਿਤੋਂ ਤੇ ਮਿੱਟੀ ਨੇ ਅਨੁਭਵ ਦੁਆਰਾ ਉੱਤਰ ਦਿੱਤਾ ਭਰਿਆ ਤੂੰ ਨਹੀਂ ਜਾਣਦਾ ਮੈਂ ਬਾਦਸ਼ਾਹ ਦੇ ਸ਼ਾਹੀ ਮਾਰ ਦੇ ਪਿਛਲੇ ਬਣੇ ਸਾਂ ਬਾਦਸ਼ਾਹ ਦੀ ਸੇਜ ਦੇ ਪੁੱਤੇ ਦੇ ਸਨ ਵਿਸ਼ੇ ਸਨ ਜਦੋਂ ਮੈਂ ਉਹਦੇ ਸੀ ਬਾਰੀ ਖੋਲ ਕੇ ਮਾਰਨ ਉੱਤੇ ਸੁਣ ਦਿੱਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ।